ਕਿੱਥੇ ਨੇ ਉਹ ਖੇਡਾਂ ਨਾਟਕ, ਕਿੱਥੇ ਨੇ ਉਹ ਰਾਸ, ਕਿੱਥੇ ਨੇ ਉਹ ਪੋਨੇ ਗੰਨੇ, ਕਿੱਥੇ ਗੁੜ ਦੀ ਬਾਸ, ਕਿੱਥੇ ਨੇ ਉਹ ਚੌਂਦੀਆਂ ਛੱਤਾਂ, ਕਿੱਥੇ ਨੇ ਉਹ ਕਾਨੇ ਬਾਲਿਆਂ ਦੇ ਨਾਲ ਬੱਧੇ ਹੋਏ ਰੰਗ ਬਿਰੰਗੇ ਗਾਨੇ, ਕਿੱਥੇ ਨੇ ਉਹ ਧੀਦੋ ਰਾਂਝੇ, ਕਿੱਥੇ ਨੇ ਉਹ ਹੀਰਾ, ਕਿਹੜੀ ਅੱਗ ਵਿੱਚ ਸੜ ਗਈਆਂ ਨੇ ਸੁੱਖ ਦੀਆਂ ਤਸਵੀਰਾਂ। ਬੜਾ ਦਿਲ ਸਾਖਾ ਕੱਪੜੇ ਵਾਲੇ ਭਾਈ, ਚੜਾਈ ਪੂਰੀ ਕੀਤੀ ਆ ਭਾਵੇਂ ਲੱਕ ਔਰ ਮੁੰਡਾ ਟੱਕਰ ਹੋਈ ਹੈ ਕਸਾਈ
ਕਮਿਸ਼ਨਰ ਕੱਪ 2013 ਦੇ ਵਿੱਚ ਇਸ ਮੁੰਡੇ ਨੇ ਇੰਡੀਆ ਦੇ ਖਿਲਾਫ ਆਖਰੀ 5 ਵਿਕਟਾਂ ਪਾ ਕੇ ਪਾਕਿਸਤਾਨ ਨੂੰ ਜਿਤਾਇਆ ਸੀ। ਜਿੰਦਾਰ ਭੱਟੀ ਸਾਹਿਬ ਰਹਾ ਵਿਆ ਸੜੇ ਲਾਲਾ ਸੁਨੀਲ ਦੱਬੋ ਭਰਵੇਂ ਸਰੀਰ ਦਾ ਜਵਾਨ ਸੋਹਣਾ ਕੱਦ ਕਾਠ ਕੰਨੀ ਦੇ ਬੋਲ ਦੀ ਜਿੰਨੀ ਜਾਨ ਹੈ ਸੋਹਣੀਆਂ ਕੰਨੀਆਂ ਪੱਟ ਇਸ ਵੇਲੇ ਬੋਲਦਾ ਹੈ ਧਾਵਾ ਲੋਕੋ ਕੀ ਦਾ ਸ਼ੇਰ ਟੱਕਰ ਹੋਈ ਮੌਸਮ ਆਇਆ ਹੈ ਨੌਜਵਾਨ ਖਿਡਾਰੀ ਹੈ ਔਰ ਆਏ ਹੋਏ ਦੂਏ ਪਾਸੇ ਕੱਟ ਮਾਰਿਆ ਮੋਸਨ ਸਿੰਘ ਵਾਲੇ ਨੇ ਪੁਆਇੰਟ ਇਸ ਵੇਲੇ ਜਾਫਰ ਕਬੂਰ ਦੇ
ਸੀ ਆ ਗਿਆ ਜਾਨੀ ਸੁਨਿਆਰਾ ਜਾਨੀ ਸੁਨਿਆਰਾ ਫਿਰ ਬੋਲਦਾ ਹੈ ਭਾਵਾ ਮੈਦਾਨ ਦੇ ਵਿੱਚ ਟੱਕਰ ਹੋ ਗਈ ਮਖਲੂਬ ਅਲੀ ਮਖਲੂਬ ਦੇ ਨਾਲ ਮਖਲੂਬ ਅਲੀ ਮਖਲੂਬਾ ਜਾਨੀ ਸੁਨਿਆਰਾ ਮਖਲੂਬਾ ਤੇ ਸੁਨਿਆਰਾ ਜਵਾਨੀ ਪੱਬਾ ਭਾਰ ਸੱਜਣਾ ਪੱਬਾ ਭਾਰ ਨੱਚਦਾ ਹੋਇਆ ਸਗੀਰ ਕੰਬੋਆ ਤੀਨ ਕੋ ਚੌਧਰੀ ਸ਼ਬਾਜ ਅਲੀ ਬੰਦੇ ਸ਼ਾਹ ਸਾਹਿਬ ਤੀਨ ਕੋ ਚਲਾ ਲੱਭਦੇ ਸ਼ਕੀਲ ਬੈਂਸ ਔਰ ਅਬਦੁਲ ਰਹਿਮਾਨ ਗੁੱਜਰ ਦੋਨਾਂ ਮਿੱਤਰਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਔਰ ਸਾਹਿਬ ਮਹਿਮੂਦ ਖਾਨ ਸਾਹਿਬ ਚੇਅਰਮੈਨ ਬਹੁਤ ਜ਼ਿਆਦਾ ਭਾਜੀ ਸ਼ੁਕਰੀਆ ਸਦਕੇ ਜਾਵਾਂ ਸਦਕੇ ਤਾੜੀਆਂ ਮਾਰਦੇ
चौधरी साहब महमूद कबूल चक्की वाले जनाब वालों तेरा इनाम चलिए
ਬਰਕਤ ਹੈ।
ਸ਼ਾਦੀ ਤੁਹਾਡੇ ਉਹ ਸ਼ੁਰੂ ਕਰਕੇ ਤਾਂ ਹਵਾਤੀਆਂ ਦੇ ਮੁੰਡੇ ਧਮਾਲਾ ਪਾਈ ਜਾਂਦੇ ਤੇ ਅਸੀਂ ਦੋਵੇਂ ਲਾਲੇ ਨੱਚੀ ਜਾਂਦੇ ਇਹ ਸ਼ਾਮਾਂ ਦੇ ਉੱਤੇ ਉਹਨਾਂ ਦੇ ਪੁੱਤ ਹਿੰਦੀ ਹੋਣਾ ਹੈ ਆਇਆ ਨਹੀਂ ਹੋਰ ਲੱਗਦੇ ਹੱਸਦਾ ਵੇਖ ਤਾਲੀਆਂ ਵਾਲੇ ਉਹ ਲਾਲੇ ਸੀਰ ਵਾਸਤੇ ਆ ਚੱਲ ਵੀ ਆ ਗਈ ਆਏ ਹੈ ਦੇਖ ਜਰਾ ਧੰਨੀ ਦੇ ਬਾਲ ਚ ਨਹੀਂ ਜਾ ਰਿਹਾ ਮੁੰਡੇ ਦੇ ਵਿੱਚ ਸਾਧ ਪੁੱਤ ਕੰਬੋਆ ਦਾ ਲਾਲੇ ਬੈਦਲਾ ਦਾ ਬਾਈ ਲਾਲੇ ਸਈਦ ਦਾ ਬਾਈ ਲਾਲੇ ਨਵੀਦ ਦਾ ਬਾਈ ਗਿੱਤਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਚਾਨੀ ਸਰਿਆਰੇ ਨੇ ਔਰ ਆਓ ਗਏ ਤਾੜੀਆਂ ਵਾਲੇ ਦਾ शहबाज गिल और टक्कर हो गई इसलिए मतलूब अली मतलूबा पाकिस्तान का शीश नाग जाफरी मनाया जाता है मतलूब अली मतलूब फौजी पूरा फिट होकर एक बार फिर पूरा ध्यान होकर मकसूद सोची ग्राउंड चाहिए अल्लाह सोना ना खिलाड़ियों की सुख जो रखे लाला बैदुल्ला कंबो ऐसे बोल रहा है ताबा देख रहे हैं मुंडे ने प्रेस मारे लाले बैदुल्ला कंबो ने आसम राजा लग गया पूरा पर प्रेस का इरा बड़ा ताड़ी मारे जरा फिर का पसेरा इंदा इसके हुंदे फड़ने उड़ने सफ सहेद अल्लाह की शेर का नाक कबूतर सीने चल भी राणा नईम बाबर एक बार फिर राणा नईम बाबर देख जरा ऐसे जिमें शेर जूहे च बड़िया होंगे और देख रहे अगर चार बारह सिंगे है किड़ा सिंह फड़ा शेर के नाल आए है सदके जावान दा नारा ताड़ी मारो लाले वास्ते दिलदार पट्टी दा भाई 300 पाकिस्तान दा गूरा ऐसे पॉइंट दा बड़ा करदा है प्रिंस दा सोना शगील दा राणा नईम बाबर आ गया मैदान दे विच जनाब लाला जाबर कंबो जाबर कंबो ਸਾਲਵੀ ਆਏ ਹੈ ਹਮਾਇਆ ਜੱਟ ਸਾਲਵੀ ਹਮਾਇਆ ਜੱਟ ਸਾਲਵੀ ਤੇ ਲਾਲਾ ਜਾਬਰ ਕਬੋ ਹਮਾਇਆ ਜੱਟ ਸਾਲਵੀ ਤੇ ਲਾਲਾ ਜਾਬਰ ਕਬੋ ਜੱਟ ਤੇ ਕਬੋ ਪੁਆਇੰਟ ਹੋ ਗਿਆ ਲਾਲਾ ਜਾਬਰ ਕਬੋ ਦਾ ਲਾਲਾ ਜਾਬਰ ਕਬੋ ਪੁਆਇੰਟ ਦਾ ਵਾਅਦਾ ਕਰਦਾ ਹੈ ਮੈਂ ਅਜ਼ਰਾਨ ਸਾਹਿਬ ਦਾ ਬੋਲੋ ਜਾਬਰ ਕਬੋ ਦਾ 500 ਰੁਪਏ ਜਾਬਰ ਇੱਧਰ ਆਇਆ ਜਾਬਰ ਕਬੋ ਦਾ 500 ਰੁਪਏ ਜਾਬਰ ਕਬੋ ਦਾ 500 ਰੁਪਈਆ ਔਰ ਮੀਆਂ ਨਵਾਰ ਹਸਨ ਸਾਹਿਬ ਵਾਈਸ ਚੇਅਰਮੈਨ ਜਨਾਬ ਉਹਨਾਂ ਵੱਲੋਂ 2000 ਰੁਪਈਆ ਮੇਰਾ ਮੀਆਂ ਨਵਾਰ ਹਸਨ ਸਾਹਿਬ ਵਾਈਸ ਚੇਅਰਮੈਨ 2000 ਰੁਪਈਆ ਉਹਨਾਂ ਵੱਲੋਂ ਮੇਰਾ ਔਰ ਮੀਆਂ ਅਦਨਾਨ ਸਾਹਿਬ ਸਾਹਿਬ ਵੱਲੋਂ ਜਾਬਰ ਲਈ ਲੈ ਜੀ ਰੱਖਣ ਦੀਆਂ ਕੋਸ਼ਾ ਆਏ ਹਾਏ ਅਕਰਮ ਘੋੜੇ ਨੇ ਰੱਖਣ ਦੀ ਕੋਸ਼ ਕੀਤੀ ਕਸਾਈ ਨੇ ਔਰ ਅਲੀ ਰਜ਼ਾ ਕਸਾਈ ਪਾਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਖਾਤੇ ਬਸ ਜ਼ਿਲਫਦਾਰ ਕੰਬੋ ਮਿਆਣੀ ਵਾਲੋ ਜਨਾਬ ਸਾਡੇ ਚੀਫ ਰੈਫਰੀ 1000 ਰੁਪਈਆ ਉਹਨਾਂ ਵੱਲੋਂ ਮੇਰੇ ਲਈ ਜਿਹੜੀ ਸਿੱਖ ਨੇ ਯੂਐਸਏ ਵਾਲੇ ਜਨਾਬ ਜਿਹੜੀ ਸਾਹਿਬ ਕੰਬੋ ਚੁੱਕੀ ਹੈ ਉਹਨਾਂ ਦੇ ਬਿਹਾਫ ਤੇ ਜਨਾਬ 20000 ਰੁਪਈਆ ਲਾਲਾ ਅਬਦੁੱਲਾ ਕੰਬੋ ਲਾਲਾ ਅਬਦੁੱਲਾ ਕੰਬੋ ਸੋਹਣਾ ਸਰੂਪ ਦਾ ਮੁੰਡੇ ਦਾ ਔਰ ਟੱਚ ਹੋ ਗਿਆ ਇਸ ਵੇਲੇ ਭਰ ਲਿਆ ਲੱਕ ਔਰ ਰਾਣਾ ਇਮਰਾਨ ਬਟਾਲੀਆ ਇਹਦੇ ਪੁਆਇੰਟ ਹੋ ਗਿਆ ਰੇਡਰ ਦਾ ਲਾਲੇ ਅਬਦੁੱਲਾ ਕੰਬੋ ਦਾ ਪੁਆਇੰਟ ਹੈ ਲਾਲੇ ਅਬਦੁੱਲਾ ਕੰਬੋ ਦਾ ਪੁਆਇੰਟ ਹੈ ਪਾਕਿਸਤਾਨ ਏਅਰਫੋਰਸ ਦਾ ਬੱਬਰ ਸ਼ੇਰ ਖਿਡਾਰੀ ਇੰਟਰਨੈਸ਼ਨਲ ਖਿਡਾਰੀ ਯੂਐਸਏ ਦੀ ਧਰਤੀ ਯੂਕੇ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਧੂੜਾ ਪੱਟਣ ਵਾਲਾ ਬੱਬਰ ਸ਼ੇਰ ਚਲੋ ਜੀ ਦੋ ਪਾਸੇ ਆਪਾਂ ਦੇਖ ਰਹੇ ਮੈਦਾਨ ਦੇ ਵਿੱਚ ਐਸੇ ਸ਼ਹਿਬਾਜ਼ ਗਿੱਲ ਇੱਕ ਚਾਕਾਲਾ ਬੋਲਦਾ ਹੈ ਧਾਵਾ ਮੈਦਾਨ ਦੇ ਵਿੱਚ ਹੈ ਸ਼ਹਿਬਾਜ਼ ਗਿੱਲ ਚੱਲ ਵੀ ਬਾਬਰ ਸ਼ੇਰਾ ਬਾਹਰ ਦੇਖਦੇ ਹੈ ਜਿਹੜਾ ਮੁੰਡੇ ਪੁੱਠੀ ਪਾਉਣੇ ਦੀ ਕੋਸ਼ਿਸ਼ ਕੀਤੀ ਹੈ ਲੱਤ ਕਰ ਲਈ ਕਾਬੂ ਔਰ ਦੇਖਦੇ ਹੈ ਪੁਆਇੰਟ ਇਸ ਵੇਲੇ ਕਿਹਦੀ ਹੁੱਕ ਤੇ ਜੁੜਦਾ ਹੈ ਆਏ ਹਾਏ ਰੱਖ ਲਿਆ ਥੱਲੇ ਜੀ ਇਹ ਸਾਡਾ ਇਸ ਵੇਲੇ ਮਕਸੂਦ ਫੌਜੀ ਲੱਗਿਆ ਕਿ ਮਤਰੂਕਾ ਮਕਸੂਦ ਫੌਜੀ ਹੈ ਮਕਸੂਦ ਫੌਜੀ ਤਾੜੀਆਂ ਮਾਰਦੇ ਯਾਰ ਇੱਕ ਵਾਰੀ ਮਤਰੂਕੇ ਦਾ ਬਾਈ ਮਕਸੂਦ ਫੌਜੀ ਤਗੜਾ ਪੁਆਇੰਟ ਜੋੜਦਾ ਹੈ ਤਗੜਾ ਜੱਫਾ ਕਰਦਾ ਹੋਇਆ ਆਪਣੀ ਟੀਮ ਵਾਸਤੇ ਮਕਸੂਦ ਫੌਜੀ ਟੀਮ ਕੋਚ ਅਦਿਸਾ ਇੰਟਰਨੈਸ਼ਨਲ ਸਪੋਰਟਸ ਐਂਡ ਕਬੱਡੀ ਕਲੱਬ ਕੈਨੇਡਾ ਇਹਦੇ ਵੀ ਕੋਚ ਪਾਕਿਸਤਾਨ ਦੇ ਵੀ ਕੋਚ ਦਬਾਰਾ ਮੌਲੀ ਗੁਲਾਮ ਅਬਾਸ ਭੱਟ ਆ ਗਿਆ ਲਾਲਾ ਸਹੀਰ ਕੰਬੋ ਲਾਲਾ ਸਹੀਰ ਕੰਬੋ ਇਸ ਵੇਲੇ ਜੋੜਦਾ ਹੈ ਪਹਿਲਾ ਮੈਦਾਨ ਦੇ ਵਿੱਚ ਥੋੜਾ ਝੁਕਿਆ ਹੋਇਆ ਹੈ ਭਰਮਾ ਸਰੀਰ ਗੁੰਦਲਾ ਸਰੀਰ ਮੁੰਡੇ ਦਾ ਗਾਦਰਾ ਦੀਆਂ ਬਾਹਾਂ ਦੇਖਦੇ ਆ ਕਿਹੜਾ ਬੱਬਰ ਸ਼ੇਰ ਦਾ ਟੱਕਰ ਮਾਰਦਾ ਮੋਹਸਨ ਨਸੀਰ ਵਾਲੇ ਨੇ ਟੱਕਾ ਦੇ ਕੇ ਬਾਹਰ ਕੱਢਿਆ ਰਾਣਾ ਇਮਰਾਨ ਬਟਾਲਾ ਕੀ ਐਲਾਨ ਕਰਦੇ ਆ ਕੀ ਫੈਸਲਾ ਕਰਦੇ ਹੁਣ ਪਤਾ ਲੱਗਦਾ ਪੁਆਇੰਟ ਹੋ ਗਿਆ ਜਾਫੀ ਦਾ ਮੋਹਸਨ ਨਸੀਰ ਵਾਲੇ ਦਾ ਜਿੰਦਗੀ ਪੁਆਇੰਟ ਹੋ ਗਿਆ ਕਿਸੇ ਚੈੱਕ ਨਾ ਕਰਦਾ ਜਾ ਕੇ ਚੈੱਕ ਕਰਵਾ ਲਾ ਹਾਂਜੀ ਮੋਹਸਨ ਨਸੀਰ ਵਾਲੇ ਦਾ ਪੁਆਇੰਟ ਹੋ ਗਿਆ ਜੇ ਨੀਲ ਵਾਲੇ ਦਾ ਵੀਰਾ ਜੇ ਨਸੀਰ ਵਾਲੇ ਦਾ ਪੁੱਤ ਪੰਜ ਚੈੱਕ ਸਮਾਲਪੁਰ ਦੀ ਤਰਫੀ ਚੱਲ ਵੀ ਆ ਗਿਆ ਸੀ ਪਹਿਲਾ ਨਹੀਂ ਬਾਬਰ ਇਸ ਵੇਲੇ ਬੋਲਦਾ ਪਾਹਾ ਪੁੱਠੀ ਪਾਉਣੇ ਦੀ ਕੋਸ਼ਿਸ਼ ਕੀਤੀ ਹੈ ਹਾਂ ਲਾਲਾ ਤੰਬੀਰ ਕਿ ਲਿਆ ਆਇਆ ਸੀ ਅੱਛਾ ਮੈਂ ਸਦਕੇ ਜਾਵਾਂ ਹੁਣ ਹੀ ਪਿੰਡੇ ਨੂੰ ਮਿੱਠੀ ਲੱਗੀ ਹੈ ਲਾ ਅੱਜ ਓ ਹੈਲੋ ਬਾਤ ਕਰਦਾ ਜੀ
247 ਮਿਆਨੀ ਸ਼ਰੀਫ ਦੀ ਧਰਤੀ ਤੇ ਲਾਲਾ ਸ਼ਾਹਦ ਕੰਬੋ ਲਾਲਾ ਬਾਹਦ ਕੰਬੋ ਜਨਰਲ ਕਾਸਲਰ ਲਾਲਾ ਸਾਹਿਦ ਕੰਬੋ ਲਾਲਾ ਮਾਜਦ ਕੰਬੋ ਲਾਲਾ ਵਾਜਦ ਕੰਬੋ ਯੂਐਸ ਵਾਲੇ ਲਾਲਾ ਹਮਜ਼ਾ ਸਿਆਰ ਬੱਲੇ ਬੱਲੇ ਕਰਾਤੀ ਡਾਕਟਰ ਤਸ਼ੀਰ ਮਰਹੂਮ ਦੇ ਪੁੱਤਰਾਂ ਨੇ ਬੱਲੇ ਬੱਲੇ ਕਰਾਤੀ ਹੈ ਲਾਲਾ ਬਰਾਦਰਾਂ ਨੇ ਕਬੱਡੀ ਰਹਿੰਦਾ ਵੱਡਾ ਇਕੱਠ 247 ਦੀ ਧਰਤੀ ਤੇ ਫਲੱਡ ਲਾਈਟ ਮਾਹੌਲ ਬਣਿਆ ਸ਼ਬਾਜ਼ ਗਿੱਲ ਔਰ ਮਕਸੂਦ ਫੌਜੀ ਪੁਆਇੰਟ ਹੋ ਗਿਆ ਮਕਸੂਦ ਫੌਜੀ ਦਾ ਜੋ ਫੌਜੀ ਕਹਿੰਦੇ ਫੌਜਾਂ ਦੇ ਪੂਰੇ ਐਕਸ਼ਨ ਸੇ ਆ ਮਕਸੂਦ ਫੌਜੀ ਮਤਲੂਬ ਅਲੀ ਮਤਲੂਬ ਦੇ ਰਾਤੀਰਾ ਦੋਨੇ ਬਾਈ ਚੰਗੇ ਕਰੀਮ ਸਜਾ ਦਾ ਇਸਲੇ ਸੱਤ ਚੋਂ ਬਾਹਰ ਆ ਸਾਡੇ ਯੂਐਸ ਵਾਲੇ ਕੰਬੋ ਜਿੰਨੇ ਵੀ ਆ ਲਾਲਾ ਵਾਜਦ ਕੰਬੋ ਚੌਧਰੀ ਆਸਮ ਮੁਸ਼ਤਾਕ ਕੰਬੋ ਯੂਐਸ ਵਾਲੇ ਔਰ ਚੌਧਰੀ ਅਰਸ਼ਦ ਕੰਬੋ ਯੂਐਸ ਵਾਲੇ ਢੇਰ ਸਾਰਾ ਚੱਲ ਪਈ ਟੋਡੀਆਂ ਦੇ ਮੈਚ ਹੁਣ ਤੇ ਫਸ ਫਸ ਕੇ ਸਾਈ ਦੇਖ ਰਹੇ ਟਾਪਾਂ ਦੇ ਧਸ ਧਸ ਕੇ ਸਰਦਾਰ ਸ਼ੇਖ ਗੁਜਰ ਨੂੰ ਮੀਆਂ ਕਾਜ਼ਮ ਨੂੰ ਚੌਧਰੀ ਲਾਲਾ ਵਾਜਦ ਕੰਬੋ ਸ਼ਾਨੀ ਕੰਬੋ ਵੀ ਆਇਆ ਸ਼ਾਨੀ ਕੰਬੋ ਸਾਹਿਬ ਕੰਬੋ ਇਹਨਾਂ ਜਨਾਬ ਜੀ ਆਇਆਂ ਨੂੰ ਨਾਬ ਲਾਲਾ ਵਾਜਦ ਕੰਬੋ ਜਨਰਲ ਕਾਜ਼ਮ ਲਾਲਾ ਸ਼ਾਹਿਦ ਕੰਬੋ ਲਾਲਾ ਸਾਹਿਦ ਕੰਬੋ ਲਾਲਾ ਹਮਜ਼ਾ ਲਾਲਾ ਮਾਜਦ ਕੰਬੋ ਲਾਲਾ ਵਾਜਦ ਯੂਐਸ ਇਹਨਾਂ ਵੱਲੋਂ ਜੀ ਆਇਆਂ ਨੂੰ ਸਰਦਾਰ ਸ਼ੇਖ ਗੁਜਰ ਮੀਆਂ ਕਾਜ਼ਮ ਸ਼ਾਨੀ ਕੰਬੋ ਸਾਹਿਬ ਕੰਬੋ ਲਾਜਵਾਬ ਸ਼ੇਖ ਅਜੇ ਸੱਤ ਮਹਿਸੂਸ ਕੀਤੀ ਅੱਲਾ ਸੋਹਣਾ ਪੂਰੀ ਨਜ਼ਰ ਤੋਂ ਬਚਾਵੇ ਇਹਨਾਂ ਖਿਡਾਰੀਆਂ ਦੇ ਮੇਲ ਰੱਖੇ ਮਾਪਿਆਂ ਦੇ ਕਾਲਜੇ ਠੰਡ ਰੱਖੇ ਰੱਬ ਸੋਹਣਾ ਲਾਲਾ ਸਗੀਰ ਕੰਬੋ ਆਖਰ ਵਾਟਰ ਆਖਰੀ ਵਾਟਰ ਬ੍ਰੇਕ ਦਾ ਖੇਡ ਲਾਲਾ ਸਗੀਰ ਕੰਬੋ ਬੋਲਦਾ ਹੈ ਧਾਵਾ ਮੈਦਾਨ ਦੇ ਵਿੱਚ ਚੱਲ ਵੀ ਇਹ ਟੂਰਨਾਮੈਂਟ ਵੀ ਕੰਬੋਆਂ ਦਾ ਜਾ ਹੈ ਲਾਲਿਆਂ ਦਾ ਲਾਲਾ ਸ਼ਾਹਿਦ ਲਾਲਾ ਵਾਹਿਦ ਲਾਲਾ ਜ਼ਾਹਿਦ ਲਾਲਾ ਮਾਜ਼ਦ ਲਾਲਾ ਵਾਜ਼ਦ ਲਾਲਾ ਹਮਜ਼ਾ ਔਰ ਇਹ ਮੁੰਡੇ ਵੀ ਕੰਬੋਆਂ ਦੇ ਧੂਲਾ ਪੱਟੀਆਂ ਦੇ ਲਾਲਾ ਸਗੀਰ ਕੰਬੋ ਜਿਹੜਾ ਨੱਚਦਾ ਕਹਿੰਦਾ ਮੇਰੀ ਨੱਚਦੀ ਜਵਾਨੀ ਬੱਬਾ ਭਾਰ ਸੱਜਣਾ ਅੱਗ ਦੇ ਪੰਦੂਕੇ ਵਾਂਗੂ ਮੱਚਦਾ ਫਿਰੇ ਅੱਗ ਦੇ ਪੰਦੂਕੇ ਵਾਂਗੂ ਮੱਚਦਾ ਫਿਰੇ ਬੱਬਾ ਭਾਰ ਪੇੜ ਵਿੱਚ ਨੱਚਦਾ ਫਿਰੇ ਅਬਰਾਰ ਕੰਬੋ ਸਾਹਿਬ ਲਾਲਿਆਂ ਦੇ ਕਸਮ ਜੀ ਮੈਨੂੰ 1000 ਰੁਪਏ ਦਾ ਇਨਾਮ ਦੇ ਰਿਹਾ ਅਬਰਾਰ ਚੌਧਰੀ ਅਬਰਾਰ ਕੰਬੋ ਲਾਲਾ ਸਾਹਿਬ ਕੰਬੋ ਹੋਣਾ ਦੇ ਕਸਮ ਔਰ 500 ਲਾਲੇ ਬਾਜਲਾ ਕੰਬੋ ਦਾ ਲਾਲਾ ਬਾਜਲਾ ਕੰਬੋ ਜੀ ਲਾਲਾ ਜੀ 500 ਰੁਪਏ ਤੁਹਾਡਾ ਚੌਧਰੀ ਅਬਰਾਰ ਕੰਬੋ ਸਾਹਿਬ ਵੱਲੋਂ ਜਨਾਬ 500 ਮੇਰੇ ਲਈ 500 ਲਾਲੇ ਬਾਜਲਾ ਕੰਬੋ ਵਾਸਤੇ ਚੌਧਰੀ ਅਬਰਾਰ ਕੰਬੋ ਲਾਲਿਆਂ ਦੇ ਕਸਮ ਲਾਲੇ ਸ਼ਾਹਿਦ ਬਾਹਦ ਜਾਹਦ ਹੋਣਾ ਦੇ ਕਸਮ ਲਾ ਜੀ ਜਾਬਰ ਕੰਬੋ ਆਖਰੀ 10 ਮਿੰਟ ਵਾਲਾ ਖੇਡ ਵਾਟਰ ਬ੍ਰੇਕ ਤੋਂ ਬਾਅਦ ਲਾਲਾ ਜਾਬਰ ਕੰਬੋ ਬਹੁਤ ਤਕੜਾ ਮੈਚ ਹੋ ਗਿਆ ਔਰ ਭਾਜੀ ਕਬੱਡੀ ਜਿੱਤਣੀ ਚਾਹੀਦੀ ਹੈ ਕਬੱਡੀ ਚੰਗੀ ਹੋਣੀ ਚਾਹੀਦੀ ਹੈ ਔਰ ਅੱਜ ਅਲਹਮਦੁਲਿਲਾ ਸ਼ੁਕਰ ਗੁਜ਼ਾਰ ਹੈ ਰੱਬ ਸੋਹਣੇ ਦੇ ਔਰ ਸੈਯਦ ਬਾਦਸ਼ਾਹਾਂ ਦੀ ਦੁਆ ਦੇ ਨਾਲ ਕਬੱਡੀ ਤਗੜੀ ਹੋਈ ਕਬੱਡੀ ਸੋਹਣੀ ਹੋਈ ਕਬੱਡੀ ਫਸ ਕੇ ਹੋਈ ਔਰ ਕਬੱਡੀ ਸਾਰਾ ਪੂਰੇ ਚਾਸਲਾ ਦੇਖੀ ਹੈ ਉਹ ਬਾਈ ਜੀ ਇਸ ਗੱਲ ਦਾ ਸਾਰੇ ਤਾੜੀਆਂ ਮਾਰਦੇ ਚਮੜੀ ਕਬੱਡੀ ਤੁਸੀਂ ਅੱਜ ਪੂਰੀ ਦੇਖ ਲਈ ਹੈ ਬੜੇ ਦਿਨਾਂ ਬਾਅਦ ਆਉਂਦੇ ਕਬੱਡੀ ਦਾ ਮੈਚ ਪੂਰਾ ਹੋਇਆ ਸੈਯਦ ਸੈਫੀ ਸ਼ਾਹ ਜੀ ਬਹੁਤ ਮੁਸ਼ਕਿਲ ਹੁੰਦੇ ਕਬੱਡੀ ਦੇ ਮੈਚ ਪੂਰੇ ਦੇਖ ਰਿਹਾ ਸੀ ਅਕਰਮ ਘੋੜਾ ਤੇ ਸ਼ਹਿਬਾਜ਼ ਗਿੱਲ ਅਕਰਮ ਘੋੜਾ ਤੇ ਸ਼ਹਿਬਾਜ਼ ਗਿੱਲ ਸ਼ਹਿਬਾਜ਼ ਗਿੱਲ ਔਰ ਅਕਰਮ ਘੋੜਾ ਦੇਖਣ ਦੀ ਕੋਸ਼ਿਸ਼ ਕਰਦਾ ਨਹੀਂ ਘੋੜਾ ਪੁਆਇੰਟ ਹੋ ਗਿਆ ਸ਼ਹਿਬਾਜ਼ ਗਿੱਲ ਦਾ ਤੁਹਾਡੀ ਗੱਲ ਸਹੀ ਹੈ ਮੈਂ ਆਪਣੀ ਤਸਵੀਰ ਕਰਦਾ ਕਿ ਪੂਰੇ ਪਿੰਡ ਨੇ ਰਲ ਕੇ ਇੱਕ ਦੂਜੇ ਦਾ ਮੋਢੇ ਦਾ ਮੋਢਾ ਲਾਇਆ ਏਡਾ ਵੱਡਾ ਈਵੈਂਟ ਕੋਈ 1-2-4 ਬੰਦੇ ਕਰਵਾ ਨਹੀਂ ਸਕਦੇ ਇਹਨੂੰ ਕਰਾਉਣੇ ਨੂੰ ਪੂਰੇ ਪਿੰਡ ਦੀ ਸਾਂਝ ਚਾਹੀਦੀ ਹੈ ਔਰ ਪੂਰੇ ਪਿੰਡ ਨੇ ਇੱਕ ਮੁੱਠ ਹੋ ਕੇ ਆਏ ਹਾਏ ਦੇਖ ਜਰਾ ਕਿਹੜਾ ਮੁੰਡਾ ਲੱਗਿਆ ਅਕਰਮ ਲੱਗਾ ਫਿਰ ਅਕਰਮ ਘੋੜਾ ਲੱਗ ਗਿਆ ਜੋੜਾ ਕੀਤਾ ਕਾਬੂ ਘੋੜੇ ਨੇ ਛੱਡ ਦੇ ਯਾਰ ਵਿਸਲਾ ਮੱਜੀ ਜਾਣ ਡਈਆਂ ਸੁਖੀ ਵਸਦੀਆਂ ਘਰ ਕਿਉਂ ਸੁਖੀ ਤੋਂ ਮਰਜ਼ੀ ਇੰਜੀ ਹੈ ਇਹ ਸੋਹਣਾ ਇਹ ਮਾਹੌਲ ਬਣਾ ਦਿੱਤਾ ਬੜੀ ਸ਼ੁਕਰੀਆ ਭਾਜੀ ਕਬੱਡੀ ਦੀ ਵਧਾ ਲਈ ਕਬੱਡੀ ਦੀ ਪ੍ਰਮੋਸ਼ਨ ਜਿਹੜੇ ਦੋਸਤ ਕੰਮ ਕਰ ਰਹੇ ਆ ਜਨਾਬ ਅਸੀਂ ਉਹਨਾਂ ਦਾ ਸ਼ੁਕਰੀਆ 47 ਮਿਆਣੀ ਦੇ ਸਾਰੇ ਪਿੰਡ ਦਾ ਬਹੁਤ ਜ਼ਿਆਦਾ ਸ਼ੁਕਰੀਆ ਪੁਆਇੰਟ ਜਾਫੀ ਦਾ ਭਾਜੀ ਟੱਚ ਨਹੀਂ ਲਾ ਗਿਆ ਪੁੱਤ ਚੱਲ ਵੀ ਰਾਣਾ ਨਹੀਂ ਬਾਬਰ ਇਸ ਵੇਲੇ ਰਾਣਾ ਨਹੀਂ ਬਾਬਰ ਇਸ ਵੇਲੇ ਬੋਲਦਾ ਹੈ ਧਾਰਾ ਮੈਦਾਨ ਦੇ ਵਿੱਚ ਹੈ ਰਾਣਾ ਨਹੀਂ ਬਾਬਰ ਸਮਾਨ ਕੈਡੋ ਬਰਕਰਾਰ ਲਾਵੇ 1000 ਰੁਪਇਆ ਮੇਰੇ ਲਈ
ਕਿਸਾਨ ਬਲਬੂ ਬਰਗਰਾਂ ਵਾਲਾ ਭਾਜੀ ਇਹ ਬਰਗਰਾਂ ਦੀ ਕਮਾਈ ਜਿਹੜੀ ਹੈ ਨਾ ਥੋੜ੍ਹਾ ਜਿਹਾ ਅਗਰ ਤੁਸੀਂ ਮਾਈਨਸ ਘੱਟ ਬਹੁਤ ਵਧੀਆ ਹੋਣਾ ਸਰਦਾਰ ਸ਼ੇਖ ਗੁਜਰ ਦੀ ਆਮਦ ਤੇ ਲਾਲਾ ਸਾਹਿਬ ਵੱਲੋਂ 1000 ਰੁਪਈਆ ਮਿਲਣੀ ਸਰਦਾਰ ਸ਼ੇਖ ਗੁਜਰ ਦੀ ਆਮਦ ਤੇ ਲਾਲਾ ਸਾਹਿਬ ਕੰਬੋ ਔਰ ਲਾਲਾ ਵਾਹਿਦ ਕੰਬੋ ਚੈਨਲ ਕਾਸਮ ਵੱਲੋਂ 1000 ਰੁਪਈਆ ਸਰਦਾਰ ਸ਼ੇਖ ਗੁਜਰ ਦੀ ਆਮਦ ਤੇ ਮੀਆਂ ਕਾਜ਼ਮ ਸ਼ਾਨੀ ਕੰਬੋ ਸਾਹਿਬ ਕੰਬੋ ਲਾਜਵਾਬ ਸ਼ੂਜ਼ ਫੈਸਲਾਬਾਦ ਮੇਰਾ ਨਵਾਂ ਜੋੜਾ ਬੇਸ਼ੱਕ ਨਹੀਂ ਹਾਲੇ ਪਹੁੰਚਿਆ ਪਰ ਮੇਰੇ ਵੀਰੇ ਪੱਕੇ ਜਨਾਬ ਸੋਹਣੇ ਕਬੱਡੀ ਪ੍ਰਮੋਟਰ ਲਾਜਵਾਬ ਸ਼ੂਜ਼ ਵਾਲੇ ਆਏ ਹੈ ਹਮਾਇਓ ਸਿਆਲਵੀ ਹਾਂਜੀ ਬੜਾ ਇਮਰਾਨ ਸਾਹਿਬ ਬਟਾਲੇ ਵਾਲੇ ਕਹਿੰਦੇ ਪੁਆਇੰਟ ਰੇਡਨ ਦਾ ਡਬਲ ਟੱਚ ਹੋਇਆ ਹਮਾਇਓ ਦਾ ਸਿਆਲਵੀ ਤੇ ਇਹ ਵਾਲਾ ਅਸਲ ਰਾਜਾ ਤਨਵੀਰ ਯਾਰ ਸਾਰੀ ਜਿਹੜੀ ਮੈਨੇਜਮੈਂਟ ਹੋਈ ਆ ਤਿੰਨ ਦਿਨ ਕਬੱਡੀ ਦੇ ਵਿੱਚ ਪਾਰਟੀ ਵੈਲਫੇਅਰ ਆਰਗੇਨਾਈਜੇਸ਼ਨ ਜਨਾਬ ਪੀਰਾਂ ਨੇ ਧੂੜ ਨਹੀਂ ਪੱਟਦੀ ਪੀਰਾਂ ਜਿੱਥੇ ਜਿੱਥੇ ਬੰਦਾ ਖੜਾ ਕਰਦਾ ਉੱਥੇ ਦੇ ਉਹ ਪੰਜਾਬੀ ਦਾ ਸ਼ੇਰ ਹੈ ਮੁਰਸ਼ਦ ਜੀ ਅਸੀਂ ਫੋਟ ਸਾ ਪੰਜ ਦਰਿਆਵਾਂ ਦੇ ਸਾਨੂੰ ਕੰਧਾ ਲਿਆ ਲਗੋ ਸਾਨੂੰ ਸਾਨੂੰ ਜਿੱਥੇ ਯਾਰ ਨੇ ਆਖਿਆ ਅਸੀਂ ਉੱਥੇ ਹੀ ਗਏ ਖਲੋ ਸਾਨੂੰ ਜਿੱਥੇ ਯਾਰ ਨੇ ਆਖਿਆ ਅਸੀਂ ਉੱਥੇ ਗਏ ਖਲੋ ਔਰ ਅਸੀਂ ਇਸ ਮੀਟ ਆਏ ਹਾਏ ਉਹ ਬਾਈ ਤਾੜੀ ਦਾ ਮਾਰੋ ਜਰਾ ਜੀਏ ਬਿੱਲਾ ਪੁਆਇੰਟ ਪਰ ਜਾਫੀ ਦਾ ਹੋਗਾ ਬਿੱਲਾ ਟਾਈਮ ਵੇਸਟ ਹੋ ਗਿਆ ਸੀ ਜਾਫੀ ਨੇ ਪੂਰੀ ਜਲਦ ਕਰਕੇ ਡੱਟਦਾ ਪਰ ਗਿੱਲ ਨੇ ਪੂਰਾ ਆਪਣਾ ਜਿਹੜਾ ਪੂਰੀ ਕਾਰੀਗਰੀ ਦਿਖਾਈ ਹੈ ਇਸ ਵੇਲੇ ਚੱਲ ਵੀ ਮੁੰਡਾ ਆ ਗਿਆ ਇਸ ਵੇਲੇ ਜਮਲ ਬਾਜਵਾ ਮਰਹੂਮ ਕਬੱਡੀ ਕਲੱਬ ਲਾਲਾ ਬਾਜਵਾ ਕੰਬੋਦੀ ਕਲੱਬ ਦਾ ਆਸਮ ਰਾਜਾ ਨੇ ਗੁੱਟ ਫੜਿਆ ਨਾਲ ਸਿਰਤੀ ਹੈ ਕੈਂਚੀ ਗੁੱਟ ਫੜਿਆ ਔਰ ਨਾਲ ਲਾਤਾ ਲਾਕ ਚੱਲ ਵੀ ਬਬਰ ਸ਼ੇਰਾ ਰਾਜਾ ਤਨਵੀਰ ਕਸ਼ਿਸ਼ ਸ਼ੂਜ਼ ਲਾਹੌਰ ਵਾਲੇ ਉਹਨਾਂ ਦਾ ਵੀਰਾ ਰਾਜਾ ਆਸਮ ਪਾਕਿਸਤਾਨ ਬਾਪ ਦਾ ਕੈਪਟਨ ਕੁਸ਼ਾਂ ਵਾਲਾ ਰੇਂਜ ਇਸ ਵੇਲੇ ਉਸਤਾਦ ਗੁਲਾਮ ਬਾਸ ਪੜਦਾ ਛਿੰਦਾ ਸ਼ਗਿਰਦਾ ਤਗੜਾ ਪੁਆਇੰਟ ਸ਼ਾਨੀ ਕੰਬੋ ਦਾ ਬਹੁਤ ਛਿੰਦਾ ਵੀਰਾ ਅਨੀਸ ਕੰਬੋ ਦੂਏ ਪਾਸੇ ਆ ਗਿਆ ਮੁੰਡਾ ਬਹਾਂ ਖਿਲਾਰ ਕੇ ਜਬਾਰ ਗੁਜਰ ਜਬਾਰ ਗੁਜਰ ਲਾਲਿਆਂ ਦਾ ਸ਼ਗਿਰਦ ਹੈ ਦੂਏ ਪਾਸੇ ਦੇਖ ਮੁੰਡੇ ਨੇ ਭਰਿਆ ਲੱਗ ਆਇਆ ਹੈ ਅਬੂ ਬਕਰ ਵਾਲਾ ਵਾਲਾ ਜਿਹੜਾ ਵੀ ਹੋਣਾ ਕਮਾਲ ਹੀ ਹੋਣਾ ਭਾਜੀ ਉਸ ਨਸੀਰ ਵਾਲਾ ਹੋਵੇ ਭਾਵੇਂ ਅਬੂ ਬਕਰ ਵਾਲਾ ਹੋਵੇ ਪੂਰਾ ਲਾਗ ਪਾਇਆ ਪੁੱਠੀਆਂ ਸਿੱਧੀਆਂ ਪਾ ਕੇ ਦੇਖ ਜਿਹੜਾ ਸੱਪਾ ਵਾਂਗੂ ਇਸ ਵੇਲੇ ਦਿਸਾਂ ਦੇ ਵੱਡੇ ਵੇਲੇ ਨੇ ਮਾਰ ਕੇ ਅਬੂ ਬਕਰ ਵਾਲੇ ਦਾ ਪਾਇਆ ਮੀਆਂ ਖਾਲਸ ਸਾਹਿਬ ਕੰਗਾਲੇ ਜਨਾਬ ਸਾਡੇ ਦੀਦੇ ਆ ਸਾਡੇ ਮੱਥੇ ਦਾ ਟਿੱਕਾ ਮੀਆਂ ਖਾਲਸ ਸਾਹਿਬ ਕੰਗਾਲੇ ਉਹਨਾਂ ਨਾਲ ਕੋਈ ਥੋੜ੍ਹਾ ਜਿਹਾ ਮਿਸ ਵੀ ਹੋਈ ਹੋਇਆ ਤੇ ਮੀਆਂ ਸਾਹਿਬ ਸੌਰੀ ਫੀਲ ਕਰਦੇ ਆ ਬਹੁਤ ਜ਼ਿਆਦਾ ਮੀਆਂ ਸਾਹਿਬ ਸੌਰੀ ਫੀਲ ਕਰਦੇ ਆ ਮੀਆਂ ਖਾਲਸ ਸਾਹਿਬ ਬਹੁਤ ਸੌਰੀ ਫੀਲ ਕਰਦੇ ਅਸੀਂ ਸਾਰੀ ਦੁਨੀਆਂ ਦੇ ਸਾਹਮਣੇ ਲਾਲੇ ਵੀ ਸੌਰੀ ਫੀਲ ਕਰਦੇ ਆ ਤੁਸੀਂ ਸਾਡੇ ਦੀਦੇ ਘੱਟ ਵੱਧ ਹੋ ਜਾਂਦੀ ਚਲੀ ਜਾਸ਼ਮ ਨਹੀਂ ਭੁੱਲ ਆਏ ਹੈ ਅਬਦੁੱਲਾ ਆ ਗਿਆ ਵੀ ਮੇਰੇ ਆਮਰ ਦਾ ਪੁੱਤ ਹੈ ਕਿਸੇ ਬੰਦੇ ਨਾਲ ਵੀ ਘਾਟਾ ਵਾਧਾ ਹੋਇਆ ਠੀਕ ਹੈ ਜੀ ਮੀਆਂ ਦਰਾਨ ਸਾਹਿਬ ਸਾਹਿਬ ਪੈਸੇ ਜਿਹੜੇ ਕੱਟ ਕੇ ਰੱਖਦੇ ਆ ਪਹਿਲੂ ਜਾਬਰ ਵਾਸਤੇ ਆਏ ਹਾਏ ਲੈ ਵੀ ਜਾਬਰ ਪਹਿਲੋ ਮੀਆਂ ਸਾਹਿਬ ਨੇ ਤੇਰੇ ਪੈਸੇ ਕੱਢੇ ਸੀ ਆਹ ਰਾਜਾ ਪੁੱਤ 500 ਰੁਪਇਆ ਮੀਆਂ ਦਰਾਨ ਸਾਹਿਬ ਸਾਹਿਬ ਆਸਮ ਮੁਸ਼ਤਾਕ ਕੰਬੋ ਸਾਹਿਬ ਯੂਐਸਏ ਵਾਲੇ ਜਨਾਬ ਬਾਬੇ ਗੌਸ ਦੇ ਗੌਸ ਦਾ ਸਾਰਾ ਟੱਬਰ ਜਿਹੜਾ ਡਾਕਟਰ ਮੁਸ਼ਤਾਕ ਦੇ ਸੋਹਣੇ ਪੁੱਤ ਮੀਆਂ ਦਰਾਨ ਸਾਹਿਬ ਚੌਧਰੀ ਅਰਸ਼ਦ ਕੰਬੋ ਯੂਐਸਏ ਵਾਲੇ ਜਨਾਬ ਉਹਨਾਂ ਵੱਲੋਂ 1,00,000 ਰੁਪਇਆ ਔਰ ਚੌਧਰੀ ਅਰਸ਼ਦ ਕੰਬੋ ਨੇ ਐਲਾਨ ਕੀਤਾ ਕਿ ਅਗਲੇ ਸਾਲ 2,00,000 ਹੋ ਜਾਣਾ ਇਹ ਜਨਾਬ ਇਨਸ਼ਾਅੱਲਾ ਆਇਆ ਨੇ ਇਸ ਕੰਬੋ ਸਦਕੇ ਜਾਵਾਂ ਤੋਂ ਬਰਸ਼ੇਰਾ ਅਗਲੇ ਸਾਲ ਚੌਧਰੀ ਅਰਸ਼ਦ ਕੰਬੋ ਸਾਹਿਬ ਨੇ ਐਲਾਨ ਕੀਤਾ ਕਿ ਇਸ ਸਾਲ 1,00,000 ਰੁਪਇਆ ਦਿੱਤਾ ਅਗਲੇ ਸਾਲ ਚੌਧਰੀ ਅਰਸ਼ਦ ਕੰਬੋ ਯੂਐਸਏ ਵਾਲੇ 2,00,000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਦੇ ਰਹੇ ਆ ਜਨਾਬ ਚੌਧਰੀ ਅਰਸ਼ਦ ਕੰਬੋ ਸਾਹਿਬ ਸਾਹਿਬ ਕੰਬੋ ਚੱਕੀ ਵਾਲੇ ਭਾਜੀ ਬਹੁਤ ਜ਼ਿਆਦਾ ਸ਼ੁਕਰੀਆ ਚੌਧਰੀ ਆਸਮ ਮੁਸ਼ਤਾਕ ਕੰਬੋ ਸਾਹਿਬ ਦਾ ਬਹੁਤ ਜ਼ਿਆਦਾ ਸ਼ੁਕਰੀਆ ਲਾਲਾ ਬਾਜਵਾ ਕੰਬੋ ਯੂਐਸਏ ਵਾਲੇ ਦਾ ਵੀ ਬਹੁਤ ਜ਼ਿਆਦਾ ਸ਼ੁਕਰੀਆ ਔਰ ਜਨਾਬ ਸਾਹਿਬ ਮਹਿਮੂਦ ਖਾਨ ਸਾਹਿਬ ਜਨਾਬ ਸੋ ਨਾਈਸ ਆਫ ਯੂ ਪੀਆਰ ਵਾਲ ਰਜ਼ਨ ਸਾਹਿਬ ਸੋ ਨਾਈਸ ਆਫ ਯੂ ਸਾਡੇ ਸਦਾ ਬਹਾਰ ਪੱਕੇ ਪੱਕੇ ਚੀਫ ਗੈਸਟ ਹਰ ਲਾਲਾ ਯਾਸਰ ਮਹਿਮੂਦ ਕੰਬੋ ਸਾਊਦੀ ਵਾਲੇ ਜਨਾਬ ਉਹਨਾਂ ਦੇ ਵਿਆਲ ਰੁਪਈਆਂ ਚ ਕਰਾ ਕੇ 1,000 ਰੁਪਈਆ ਮੇਰੇ ਵਾਸਤੇ ਔਰ ਬਾਬਾ ਰਾਣਾ ਕੈਰੀ ਗੱਡੀ ਵਾਲਾ ਬਹੁਤ ਜ਼ਿਆਦਾ ਸ਼ੁਕਰੀਆ ਲਾਲਾ ਯਾਸਰ
یاسر محمود کمبو میرا بھیرا لالا یاسر محمود کمبو ہونا ہے انشاءاللہ شادی گراؤنڈ بھی آ رہا سعودی تو اودی شادی تے پھر کبڈی ٹورنامنٹ رکھنا ہے انشاءاللہ او کاکا او ہو عبدالرحمان گجر صاحب نو سارا کریڈٹ جانا جس طرح انہوں نے میچ یوٹیوب تے فیس بک تے لائیو چلاتے اسی بہت زیادہ شکرگزار ہیں عبدالرحمان گجر تھینک یو لالا زہر کمبو تھینک یو بہت تھینک یو سلوٹ تھینک یو تھینک یو لالا